ਹਾਂਜੀ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੰਦੀਪ ਡੇਰੇ ਵਾਲਾ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅੱਜ ਦੇ ਵੀਰ ਜੀ ਆਪਣੇ ਵਿਜਿਟ ਆ ਪਿੰਡ ਜੀਤੋ ਸਰਜੋ, ਜ਼ਿਲ੍ਹਾ ਗੁਰਦਾਸਪੁਰ, ਪਹਿਲਾਂ ਤਹਿਸੀਲ ਬਟਾਲਾ। ਇਹਨੇ ਵੀਰ ਅੱਗੇ ਵੀਡੀਓ ਬਣਾਈ ਸੀ ਜੀ, ਆਪਾਂ ਬਹੁਤ ਚੰਗੇ ਐਨੀਮਲ ਹੁੰਦੇ ਜੀ, ਚੰਗੇ ਮਿਲਕ ਮਿਸਟਰੀ ਲਏ ਹੁੰਦੇ ਜੀ, ਠੀਕ ਹੈ। ਅੱਜ ਇਹਨੇ ਕੁਛ ਐਨੀਮਲ ਸੇਲ ਹੈ ਜੀ। ਹੁਣ ਬਾਈ ਜੀ ਨੇ ਗੱਲਬਾਤ ਕਰਾਂਗੇ ਜੀ ਕੀ ਪ੍ਰਾਈਜ਼ ਅਤੇ ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਬਾਈ ਜੀ ਰਿਕੁਐਸਟ ਕਰਾਂਗੇ ਕਿ ਜਿਹੜੇ ਵੀਰ ਆਪਣੇ ਪਹਿਲੀ ਵੀਡੀਓ ਦੇਖ ਰਹੇ, ਰਿਕੁਐਸਟ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਅਤੇ ਘੰਟੀ ਦੇ ਬਟਨ ਜੀ ਦਬਾਉਣ ਤਾਂ ਤੁਹਾਨੂੰ ਨਵੀਂ ਵੀਡੀਓ ਆ ਸਕੇ। ਵੀ ਜੀ ਇੱਕ ਹੋਰ ਰਿਕੁਐਸਟ ਆ, ਜੋ ਕੋਈ ਵੀਰ ਆ ਪੂਰੀ ਤਸੱਲੀ ਕਰੇ, ਚੁਆਈ ਕਰੇ ਜੀ ਇੱਕ ਟਾਈਮ, ਠੀਕ ਹੈ ਜੀ। ਰੇਟ ਉਹਨਾਂ ਨੇ ਕਹਿੰਦਾ ਜਿੰਨਾ ਤੁਹਾਨੂੰ ਰੇਟ ਲੱਗਦੇ ਨਾਲ ਰੇਟ ਲਾਓ। ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਜੀ। ਹਾਂ ਤੇ ਵੀ ਜੀ, ਪਹਿਲਾਂ ਇਹ ਦੱਸੋ ਪਿਛਲੀ ਰਿਵਿਊ ਆਪਾਂ ਰਿਸਪੋਂਸ ਕਿੰਨਾ ਕੁ ਮਿਲਿਆ ਜੀ? ਆਪਾਂ ਬਹੁਤ ਵਧੀਆ ਮਿਲਿਆ ਜੀ, ਚੰਗਾ ਰਿਸਪੋਂਸ। ਹਾਂਜੀ ਹਾਂਜੀ ਅੱਛਾ ਠੀਕ ਹੈ। ਚਲੋ ਆਪਣਾ ਐਡਰੈਸ ਬੋਲੋ ਵੀਰ ਜੀ ਆਪਣਾ। ਮੇਰਾ ਭਾਜੀ ਪਿੰਡ ਜੈਤੋ ਸਰਜਾ, ਹਾਂਜੀ, ਜ਼ਿਲ੍ਹਾ ਗੁਰਦਾਸਪੁਰ, ਠੀਕ ਹੈ, ਤਹਿਸੀਲ ਬਟਾਲਾ, ਠੀਕ ਹੈ। ਅੱਚਲ ਸਾਹਿਬ ਤੋਂ ਲਹਿੰਦੇ ਪਾਸੇ 3 ਕਿਲੋਮੀਟਰ ਮੇਰਾ ਪਿੰਡ ਜੈਤੋ ਸਰਜਾ। ਠੀਕ ਹੈ ਜੀ, ਠੀਕ ਹੈ। ਤੇ ਆਪਣਾ ਨਾਮ ਤੇ ਫੋਨ ਨੰਬਰ ਬੋਲੋ ਜੀ। ਨਾਮ ਮੇਰਾ ਸੋਨੂ ਹੈ ਜੀ। ਹਾਂਜੀ, ਮੇਰੇ ਫਾਰਮ ਦਾ ਨਾਮ ਹੈਗਾ ਜੀ ਸੋਨੂ ਰੰਧਾਵਾ ਡੇਅਰੀ ਫਾਰਮ। ਠੀਕ ਹੈ ਜੀ, ਠੀਕ। ਹਾਂਜੀ, ਮੋਬਾਈਲ ਨੰਬਰ ਮੇਰਾ ਹੈਗਾ ਜੀ 98 87, ਹਾਂਜੀ, 94 751, ਠੀਕ ਹੈ ਜੀ। ਮੇਰਾ ਹੋਰ ਨੰਬਰ 78 41 44 44। ਦੋਵਾਂ ਨੰਬਰ ਵਟਸਐਪ ਚੱਲਦੇ ਜੀ? ਦੋਵਾਂ ਦੇ ਚੱਲ। ਠੀਕ ਹੈ ਜੀ। ਵੀਰ ਜੀ, ਅੱਜ ਆਪਣੇ ਕੋਲ ਕਿੰਨੇ ਕੁ ਐਨੀਮਲ ਸੇਲ ਹੈ ਜੀ? ਮੇਰੇ ਕੋਲ ਐਵਲੇ ਵੀਰ ਜੀ 7 ਝੂਟੀਆਂ ਜੇ ਤਾਜ਼ੀਆਂ। ਠੀਕ ਹੈ ਜੀ। ਇੱਕ ਵੱਛੀ ਅੱਖੀ ਜੀ ਮੇਰੇ ਕੋਲ ਵੀਰ ਜੀ। ਅੱਛਾ ਜੀ, ਹਾਂ। ਚਲੋ ਪਹਿਲਾਂ ਇਹਦੇ ਵੱਛੀ ਵਾਲੀ ਗੱਲ ਕਰਦੇ ਜੀ ਆਪਾਂ। ਹਾਂਜੀ, ਇਹ ਪਹਿਲਾ ਸੁਬਾਹ ਖੀਰੀ ਹੈ ਜੀ ਵੱਛੀ। ਠੀਕ ਹੈ ਜੀ। ਹਾਂਜੀ, ਅੱਜ ਦੁੱਧੇ ਦੰਦੀ ਹੈ ਜੀ। ਅੱਛਾ ਜੀ, ਠੀਕ ਹੈ। ਪਰਸੋਂ ਰਾਤ ਦੀ ਸੂਈ ਹੈ ਜੀ। ਠੀਕ ਹੈ ਜੀ। ਮਗਰ ਵੀ ਵੱਛੀ ਹੈ ਜੀ। ਅੱਛਾ, ਮਗਰ ਵੀ ਵੱਛੀ ਹੈ ਜੀ। ਹਾਂਜੀ, ਠੀਕ ਹੈ ਜੀ। ਵੱਛੀ ਬਹੁਤ ਚੰਗੀ ਹੈ ਜੀ, ਖੋਲ ਕੇ ਤੁਹਾਨੂੰ। ਹਾਂਜੀ, ਖਾਲ ਦਿਖਾਓ ਜੀ। ਵੀਰ ਜੀ, ਫਿਰ ਕਿੰਨਾ ਬੋਲਾ ਜੀ ਇਸ ਟਾਈਮ? ਅੱਛਾ, 24-25 ਲੀਟਰ ਬੋਲਾ ਜੀ, ਹੈ ਜੀ। ਠੀਕ ਹੈ, ਆਹ ਦੇਖੋ ਵੀਰ ਜੀ, ਆਰਡਰ ਦੇਖੋ ਜੀ, ਆਰਡਰ ਬਹੁਤ ਸੋਹਣਾ। ਆਹ ਦੇਖੋ, ਖੀਰੀ ਬੈਡ ਹੈ ਜੀ, ਹੈ ਜੀ। ਆਹ ਦੇਖੋ, ਤੇ ਵੀਰ ਜੀ ਫਿਰ ਇਹਦੇ ਪ੍ਰਾਈਜ਼ ਜੀ? ਪ੍ਰਾਈਜ਼ ਵੀਰ ਜੀ ਕੌਮ ਤੇ ਜਿਹੜਾ ਵੀ ਜਿਹੜੇ ਦੀ ਕੋਈ ਮੰਗੂਗਾ ਮਾਨਤਾ ਨੂੰ, ਅੱਛੀ ਚੰਗੀ ਹੈ ਜੀ। ਅੱਛਾ, ਨਹੀਂ ਫਿਰ ਕੁਆਲਿਟੀ ਵੇਖ ਲਓ ਕਿੰਨੀ ਸੋਹਣੀ ਹੈ। ਨਹੀਂ, ਕੁਆਲਿਟੀ ਬਹੁਤ ਹੈ ਜੀ, ਤੇ ਚਲੋ ਪ੍ਰਾਈਜ਼ ਫਿਰ ਦੱਸ ਦਿੰਦੇ ਜੀ। ਬਾਕੀ ਠੰਡੀ ਠੰਡੀ ਬੜੀ ਹੈ ਜੀ, ਕੋਈ ਲੈਣੇ ਦੀ ਲੋੜ ਨਹੀਂ, ਕੋਈ ਗੱਲ ਨਹੀਂ, ਜਿੱਦਾਂ ਮਰਜ਼ੀ ਬਹਿ ਜਾਓ, ਕੋਈ ਗੱਲਬਾਤ ਹੀ ਨਹੀਂ। ਹਾਂਜੀ, ਇੰਨੀ ਠੰਡੀ ਹੈ ਜੀ ਭਾਅ। ਠੀਕ ਹੈ, ਹਾਂਜੀ। ਤੇ ਕਰੋਗੇ ਪ੍ਰਾਈਜ਼ ਫਿਰ ਜਿੰਦਾ ਕਿ ਨਹੀਂ? ਪ੍ਰਾਈਜ਼ ਵੀਰ ਜੀ ਫੋਨ ਤੇ ਕਰ ਲਾਂਗੇ, ਜੇ ਗਾਹਕ ਆਊਗਾ ਫਿਰ ਦੱਸ ਦਾਂਗੇ। ਚਲੋ ਠੀਕ ਹੈ ਜੀ, ਠੀਕ। ਇੱਧਰ ਆ ਜਾਓ ਜੀ, ਫਿਰ ਇਹਦੇ ਬਾਰੇ ਦੱਸੋ ਜੀ। ਇਹ 2 ਦੰਦ ਕੱਟੀ ਹੈ ਜੀ। ਹਾਂਜੀ, ਪਰਸੋਂ ਰਾਤ ਦੀ ਸੂਈ ਹੈ ਜੀ। ਠੀਕ ਹੈ ਜੀ, ਹਾਂਜੀ, ਪਿਓਰ ਜੈੱਡ ਬਲੈਕ ਹੈ ਜੀ। ਹਾਂਜੀ, ਹਾਂ, ਬਿਲਕੁਲ ਜੀ। ਤੇ ਵੀਰ ਜੀ ਸਾਰੀਆਂ ਉਹ ਤਾਂ ਰਹਿਣੇ ਦੇ ਲੱਗ ਰਹੀਆਂ। ਹਾਂ ਬਿਲਕੁਲ ਜੀ, ਬਿਲਕੁਲ ਜੀ। ਦੇਖੋ ਵੀਰ ਜੀ, 2 ਦੰਦ ਹੈ ਜੀ, ਸੂਈ ਹੈ ਜੀ। ਠੀਕ, ਕਿੰਨੇ ਬੋਲਾ ਜੀ? ਕੱਟੀ ਹੈ ਜੀ। ਅੱਛਾ ਜੀ, ਇਹਦੇ ਕੋਲ 9-10 ਕਿਲੋ ਬੋਲਾ ਜੀ। 9-10 ਕਿਲੋ ਬੋਲਾ। ਹਾਂਜੀ, ਤੇ ਵੀਰ ਜੀ ਫਿਰ ਕਿੰਨਾ ਕਰੂਗੀ ਜੀ ਇਹ? 12 ਤੋਂ ਬਾਹਰ ਵਾਲੀ ਹੈ। 12 ਤੋਂ 14 ਕਿਲੋ ਤੋਂ 13 ਕਿਲੋ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਆਹ ਦੇਖੋ ਜੀ, ਥਾਂਥੁਣ ਬਹੁਤ ਸੋਹਣਾ ਜੀ, ਆਹ ਚੈੱਕ ਕਰ ਲਓ ਜੀ, ਆਹ ਦੇਖ ਲਓ। ਠੀਕ ਹੈ, ਤੇ ਵੀਰ ਜੀ ਫਿਰ ਇਹਦਾ ਪ੍ਰਾਈਜ਼ ਵੀ? ਫਿਰ ਪ੍ਰਾਈਜ਼ ਤਾਂ ਵੀਰ ਜੀ ਫਿਰ ਡਾਕ ਬਸ, ਠੀਕ ਹੈ, ਫਿਰ ਇੱਦਾਂ ਨਾ ਫੋਨ ਤੇ, ਹਾਂਜੀ ਹਾਂਜੀ, ਜਾਂ ਕਿਸੇ ਵੇਲੇ ਨਾ ਝੋਟੀ ਚੰਗੀ, ਅੱਗੇ ਵੀ ਮੈਂ ਤੁਹਾਨੂੰ ਵੀਡੀਓ 'ਚ ਜ਼ਿਕਰ ਕੀਤਾ ਸੀ, ਹਾਂਜੀ, ਪਿੱਛੇ ਝੋਟੀ ਦੇ ਪੈਸੇ ਲਾਉਣੇ ਪੈਂਦੇ ਚੰਗੀ ਦੇ। ਬਿਲਕੁਲ ਜੀ, ਬਿਲਕੁਲ, ਜੇ ਫੋਨ ਤੇ ਵੀਡੀਓ ਤੇ ਭਾਅ ਦੱਸ ਦਈਏ ਫਿਰ ਗਾਹਕ ਅਗਲੀ ਵਾਰ ਉਹੀ ਆਉਂਦੇ ਕਿ ਯਾਰ ਤੁਸੀਂ ਤੇ ਇੰਨੇ ਭਾਅ ਦੱਸੇ। ਸਹੀ ਸਹੀ ਗੱਲ ਹੈ ਜੀ। ਅਸੀਂ 2 ਦੰਦ ਕੱਟੀ ਆ ਗਈ ਜੀ। ਹਾਂਜੀ, ਇਹ ਕੱਲ ਰਾਤ ਦੀ ਸੂਈ ਹੈ ਜੀ, ਪਿਓਰ ਮੋਰਾ ਦਾ ਸੱਜੀ ਸਾਰੀ ਕਾਲੀ ਹੈ। ਹਾਂਜੀ, ਹਾਂ, ਬਿਲਕੁਲ ਜੀ, ਬਿਲਕੁਲ, ਹਾਂਜੀ, ਦੋਂਦੀ ਆ ਗਈ, 2 ਦੰਦ। ਇਹ ਵੀ 2 ਦੰਦ ਹੀ ਹੈ ਜੀ। ਹਾਂਜੀ, ਆ ਦੇਖੋ ਜੀ, ਥਾਂ ਥੁਣਨ ਦਾ ਵੀ ਬਹੁਤ ਸੋਹਣਾ ਲੱਗਾ ਜੀ। ਆ ਦੇਖੋ, ਆਰਡਰ ਦੇਖੋ, ਆ ਦੇਖੋ, ਠੀਕ ਹੈ ਜੀ, ਠੀਕ ਹੈ। ਇਹਦੇ ਕੋਲ ਵੀ ਦੁੱਧ 9 ਕਿਲੋ 10 ਬੋਲਾ ਹੀ ਹੈ ਜੀ। ਬੋਲਾ ਹੀ ਹੈ ਜੀ, ਹਾਂਜੀ। ਤੇ ਬੱਚਾ ਮਗਰ ਵੀਰ ਜੀ ਇਹਦੇ? ਇਹਦੇ ਮਗਰ ਕੱਟਾ ਆ ਗਿਆ, ਕੱਟਾ ਆ ਗਿਆ। ਹਾਂਜੀ, ਠੀਕ ਹੈ ਜੀ। ਆ ਵੀ ਝੁੱਟੀ ਚੌਕੀ ਹੈ ਜੀ, ਪਹਿਲਾ ਸੂਆ। ਅੱਛਾ ਜੀ, ਦੋਂਦੀ ਹੈ ਚੌਕ ਤੇ ਕੱਢਦੀ ਹੈ ਜੀ। ਠੀਕ ਹੈ ਜੀ, ਠੀਕ ਹੈ। ਇਹਦੇ ਕੋਲ ਬੋਲਾ ਵੀਰ ਜੀ ਹੁਣ 12 ਤੋਂ 13 ਕਿਲੋ ਹੋਊਗਾ ਜੀ। ਠੀਕ, ਠੀਕ ਹੈ ਜੀ, ਠੀਕ। ਹਾਂਜੀ, 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 ਹਾਂਜੀ। ਆ ਦੇਖ ਲਓ, ਦੁੱਧ 15 ਤੋਂ ਪਲੱਸ ਵਾਲੀ ਹੈ। 15 ਪਲੱਸ ਵਾਲੀ ਹੈ ਜੀ। ਹਾਂਜੀ, ਠੀਕ ਹੈ ਜੀ। ਆ ਦੇਖੋ ਵੀ ਜੀ, ਇਹ ਵੀ ਇਹ ਬਹੁਤ ਸੋਹਣੀ ਝੋਟੀ ਹੈ ਜੀ, ਥਣ ਤੋਂ ਦੇਖ ਲਓ ਜੀ, ਥਣ ਬਹੁਤ ਸੋਹਣਾ ਲੱਗਿਆ ਇਹਨੂੰ ਵੀ, ਠੀਕ ਹੈ ਜੀ। ਇੱਕ ਆ 4 ਦੰਦ ਆ ਗਈ ਕੱਟੀ ਜੀ। ਅੱਛਾ, 4 ਦੰਦ ਹੈ ਜੀ, ਪਹਿਲਾ ਸੂਆ। ਹਾਂ, 4 ਦੰਦ ਆ ਗਏ, ਠੀਕ ਹੈ ਜੀ। ਦੇਖ ਲਓ, ਇਹਦੇ ਕੋਲ ਵੀ 10 ਕਿਲੋ ਗੋਲਾ ਵਾ ਜੀ ਹੁਣ। ਅੱਛਾ, ਠੀਕ ਹੈ ਜੀ, ਹਾਂਜੀ, ਥਣ ਬਹੁਤ ਵਧੀਆ ਸੋਹਣਾ ਲੱਗਾ ਜੀ। ਠੀਕ ਹੈ। ਤੇ ਬੱਚੇ ਵੀ, ਬੱਚਾ ਮਗਰ ਕੀ ਆ ਗਏ ਜੀ? ਕੱਟੀ ਆ ਗਈ, ਕੱਟੀ ਆ ਗਈ, ਠੀਕ, ਠੀਕ ਹੈ।
चार दंद जी देखो ठीक है जी। तो इस टाइम रेंदे थे दुद्ध कितना जी? 17 किलो पूरा नैट दुद्ध है जी। ठीक है जी। तो बच्चा मगरी जी? कट्टा है जी। ठीक है जी। अच्छा रात सूई है। ठीक है जी। अरे तो जी आर्डर देखो, ये सारिया उधर ली आई जी, इतने लोकल कोई भी है नहीं। ठीक है जी, देखो आर्डर देख लो, चेक कर लो। तो भी जी फिर इन्हें थले बोला किन्ना है जी? अच्छा अद्धी हिसाब की जी। तो किन्ना करूँ भीर जी फिर दुद्ध? ये 17-18 किलो जी। ठीक है जी। तो बस होर भीर जी इन्होंने बस यही है बस। बच्चे आ गए जी इन्होंने। हाँ देखो जी, हाँ देखो जी। चलो भी जी एनीवे थोड़ा सारे सुने जी। तो चलो अभी नंबर से अपना एक बार फिर बोल दो जी। 9870 हाँ जी 94-57। ठीक है जी। एक नंबर 78-41-24-49। ठीक है जी। चलो जिस तरह कर लो तो कर लें। ठीक है, सत श्री अकाल।